ਸਤਿ ਸ਼੍ਰੀ ਅਕਾਲ ਜੀ। ਸਿੰਘ ਬਲੌਗ ਯੂਟਿਊਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ। ਅੱਜ ਆਪਣੇ ਕੋਲ ਐਮਾਜ਼ੋਨ ਤੋਂ ਇੱਕ ਕੁਰੀਅਰ ਆਇਆ ਵਾ ਅਤੇ ਆਹ ਡਿਟੇਲ ਵਗੈਰਾ ਵਾ ਜੀ, ਅਤੇ ਇਹਦੇ ਉੱਤੇ ਕੁਛ ਲਿਖਿਆ ਨਹੀਂ ਹੋਇਆ ਹੈਗਾ ਫਿਲਹਾਲ, ਅਤੇ ਇਹਨੂੰ ਅਨਬੋਕਸ ਕਰਦੇ ਹਾਂ, ਦੇਖਦੇ ਹਾਂ ਇਹਦੇ ਵਿੱਚ ਕੀ ਨਿਕਲਦਾ ਵਾ। ਅਤੇ ਅਨਬੋਕਸਿੰਗ ਕਰਨ ਦੇ ਲਈ ਆਪਾਂ ਯੂਜ ਕਰਾਂਗੇ ਚਾਬੀ, ਅਤੇ ਦੇਖੋ ਬੋਕਸ ਓਪਨ ਹੋ ਗਿਆ। ਕੈਸ਼ਬੈਕ ਲਿਖਿਆ, ਪਰਚੀ ਇਹਦੇ ਵਿੱਚ ਕੀ ਲਿਖਿਆ ਹੈ, ਲੋਗਿਨ ਯੂਅਰ ਅਕਾਊਂਟ, ਗੋ ਟੂ ਯੂਅਰ ਔਰਡਰ, ਰੇਟ ਪ੍ਰੋਡਕਟ ਰੇਟ ਕਰਨ ਲਈ ਕਿਹਾ ਗਿਆ, ਕੈਸ਼ਬੈਕ ਅਤੇ ਮਿਲੂਗਾ ਕਹਿੰਦੇ। ਬਾਕੀ ਪਰ ਜੇ ਕੁਆਲਿਟੀ ਵਧੀਆ ਲੱਗੂਗੀ ਆਪਾਂ ਤਾਂ ਰਿਵਿਊ ਕਰਾਂਗੇ ਇਹਦਾ ਅਤੇ ਯੂਜ਼ ਕਰਾਂਗੇ ਅਤੇ ਫਿਰ ਦੇਖਾਂਗੇ। ਅਤੇ ਹੋਰ ਕੁਛ ਨਹੀਂ ਹੈਗਾ ਡੱਬੇ ਦੇ ਵਿੱਚ, ਇਹਨੂੰ ਡੱਬੇ ਨੂੰ ਸਾਈਡ 'ਤੇ ਕਰਦੇ ਹਾਂ। ਅਤੇ ਪਹਿਲਾਂ ਇੱਕ ਪੈਕਿੰਗ ਦੇ ਵਿੱਚ ਪੋਲੀਥੀਨ ਦੇ ਵਿੱਚ ਅਤੇ ਨਿਕਲਿਆ ਵਾ ਮਾਊਂਟ, ਮੋਬਾਈਲ ਮਾਊਂਟ ਕਰਨ ਵਾਲਾ, ਅਤੇ ਪਲਾਸਟਿਕ ਦਾ ਆਇਆ ਇਹਦੇ ਉੱਤੇ ਇੱਕ ਨਾਟਿਆ, ਇੱਧਰ ਵੀ ਨਾਟਿਆ, ਅਤੇ ਆਈ ਥਿੰਕ ਇੱਥੋਂ ਹਾਂ ਮੋਬਾਈਲ ਹੈਂਗ ਕਰਨ ਵਾਸਤੇ ਇਹ। ਅਤੇ ਤੁਹਾਨੂੰ ਮੈਂ ਬਾਅਦ 'ਚੋਂ ਦੱਸਦਾ, ਪਹਿਲਾਂ ਤੁਹਾਨੂੰ ਪ੍ਰੋਡਕਟ ਦਿਖਾ ਦੇਵਾਂ, ਤੁਹਾਨੂੰ ਵੈਸੇ ਪਤਾ ਲੱਗ ਜਾਣਾ ਕੀ ਚੀਜ਼ ਆ ਇਹ, ਅਤੇ ਜੇ ਨਹੀਂ ਪਤਾ ਲੱਗਿਆ ਫਿਰ ਮੈਂ ਇਹਨਾਂ 'ਚ ਦੱਸਦਾ ਵੀ ਇਹ ਕੀ ਚੀਜ਼ ਆ ਇਹ, ਠੀਕ ਹੈ ਜੀ। ਅਤੇ ਆਹ ਚੀਜ਼ਾਂ ਸਬਟੋਨ ਦਾ ਲਿਖਿਆ ਹੋਇਆ ਇਹਦੇ 'ਤੇ ਬ੍ਰੈਂਡਿੰਗ, ਅਤੇ ਇੱਕ ਪੋਲੀਥੀਨ ਚਾਹੀਦਾ। ਅਤੇ ਹੁਣ ਇਹ ਦੇਖ ਕੇ ਥੋੜ੍ਹਾ ਥੋੜ੍ਹਾ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਵੀ ਇਹ ਕੀ ਚੀਜ਼ ਹੈ, ਅਤੇ ਇੱਦਾਂ ਕੁਛ ਇੱਦਾਂ। ਅਤੇ ਪਲਾਸਟਿਕ ਦੀ ਕੁਆਲਿਟੀ ਠੀਕ ਠਾਕ ਹੀ ਆ, ਮਤਲਬ ਬੜਾ ਵਧੀਆ ਨਹੀਂ ਕਹਿ ਸਕਦੇ। ਅਤੇ ਇਹ ਆਇਆ 540 ਰੁਪਏ ਐੱਮ ਆਰ ਪੀ ਦੇ ਵਿੱਚ, ਠੀਕ ਹੈ ਜੀ। ਅਤੇ ਐਮਾਜ਼ੋਨ 'ਤੇ ਸੀਗੀ ਸੇਲ ਦੇ ਵਿੱਚੋਂ ਆਪਾਂ ਲਿੱਤਾ ਆ ਇਹ, ਠੀਕ ਹੈ। ਅਤੇ ਇਹਦੇ ਉੱਤੇ ਆ ਲੱਗੂਗਾ ਇੱਦਾਂ, ਲੱਗਣਾ ਚਾਹੀਦਾ ਠੀਕ ਹੈ ਜੀ। ਓਕੇ, ਹੁਣ ਇਹ ਫੁੱਲ ਟਾਈਟ ਹੋ ਗਿਆ, ਇਹ ਆਪਣੀ ਚੈਸਟ 'ਤੇ ਪੈ ਜਾਣਾ ਇਹ। ਮੈਂ ਤੁਹਾਨੂੰ ਟਰਾਈ ਕਰਕੇ ਦਿਖਾਉਣਾ ਕਿੱਦਾਂ ਪਊਗਾ, ਚੈਸਟ 'ਤੇ ਪੈ ਜਾਣਾ ਅਤੇ ਇਹਦੇ ਵਿੱਚ ਫਿਰ ਇਹਨੇ ਇੱਦਾਂ ਲੱਗ ਜਾਣਾ। ਅਤੇ ਜਿਵੇਂ ਜਿਹੜੇ ਪੱਗ ਬੰਨਦੇ ਨੇ ਨਾ ਦਸਤਾਰ ਵਾਲੇ ਬਲੌਗਰ ਨੇ, ਉਹ ਸਿਰ 'ਤੇ ਹੈਲਮਟ ਦੇ ਉੱਤੇ ਕੈਮਰਾ ਨਹੀਂ ਲੱਗ ਸਕਦਾ, ਉਹਦੇ ਵਾਸਤੇ ਅਸੀਂ ਤੁਸੀਂ ਉਰੇ ਆਪਣਾ ਗੋਪਰੋ, ਅਤੇ ਗੋਪਰੋ ਵੀ ਤੁਸੀਂ ਲਗਾ ਸਕਦੇ ਹੋ ਹੈ ਨਾ, ਅਤੇ ਉਰੇ ਫੋਨ ਵੀ ਲਗਾ ਸਕਦੇ ਹੋ। ਆਲਮੋਸਟ 500 ਤਕਰੀਬਨ 540 ਰੁਪਇਆ, 550 ਦੇ ਨੇੜੇ ਤੇੜੇ ਇਹਦੀ ਕੋਸਟ ਪਈ ਆ। ਓਵਰਆਲ ਸਾਰਾ ਠੀਕ ਆ, ਅਤੇ ਬਾਕੀ ਹੁਣ ਆਪਾਂ ਇੱਕ ਇਹਦੀ ਟਰਾਈ ਵੀ ਲਵਾਂਗੇ, ਇਹਨੂੰ ਪਾ ਕੇ ਇੱਕ ਆਪਾਂ ਟਰਾਈ ਕਰਕੇ ਆਵਾਂਗੇ ਅਤੇ ਫਿਰ ਦੇਖਦੇ ਹਾਂ ਅਤੇ ਕੀ ਨਿਕਲਦਾ, ਠੀਕ ਹੈ ਜੀ। ਅਤੇ ਪ੍ਰੋਡਕਟ ਓਵਰਆਲ ਸਹੀ ਆ, ਅਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਆਪਣੇ ਤੁਸੀਂ ਆਪਣੇ ਬੰਦਿਆਂ ਨੂੰ ਮੋਟੀਵੇਟ ਕਰਿਆ ਕਰੋ ਵੀ ਅੱਗੇ ਵਧਣ ਲਈ। ਤੁਸੀਂ ਡਿਸਲਾਈਕ ਕਰ ਦਿੰਦੇ ਹੋ ਵੀਡੀਓ, ਠੀਕ ਹੈ, ਡਿਸਲਾਈਕ ਵੀ ਕਰ ਸਕਦੇ ਹੋ, ਜਿਨ੍ਹਾਂ ਨੂੰ ਪਸੰਦ ਨਹੀਂ ਆਉਂਦੀ ਵੀਡੀਓ ਡਿਸਲਾਈਕ ਵੀ ਕਰ ਸਕਦੇ ਆ, ਪਰ ਕਮੈਂਟ ਦੇ ਵਿੱਚ ਇੱਕ ਰੀਜ਼ਨ ਦੇ ਦਿਆ ਕਰੋ ਸਾਨੂੰ ਇਸ ਕਰਕੇ ਤੇਰੀ ਵੀਡੀਓ ਪਸੰਦ ਨਹੀਂ ਆਈ, ਤਾਂ ਫਿਰ ਮੈਂ ਅੱਗੇ ਤੋਂ ਉਹ ਆਪਾਂ ਆਪਣੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ, ਹੈ ਨਾ। ਅਤੇ ਇਹਦੇ ਆਪਾਂ ਹੁਣ ਇੱਕ ਵਾਰ ਆਪਾਂ ਟਰਾਈ ਕਰਕੇ ਫਿਰ ਇਹਦਾ ਰਿਵਿਊ ਕਰਾਂਗੇ, ਮਤਲਬ ਕਿੱਦਾਂ ਦਾ ਓਵਰਆਲ ਪ੍ਰੋਡਕਟ ਸਹੀ ਆ, ਇੰਨੀ ਕੁ ਕੋਸਟ ਦੇ ਵਿੱਚ ਸਹੀ ਆ। ਅਤੇ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਂ ਨਵੇਂ ਜਿਹੜੇ ਬਲੌਗਰ ਨੇ ਅਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਦੇ ਦੂੰਗਾ, ਅਤੇ ਤੁਸੀਂ ਜਾ ਕੇ
परचेज कर सकते हो। उस अपना कोई कमीशन नहीं है, लिंक दूंगा वो तुम चाहे अमेजोन तो फ्लिपकार्ट या अदर थर्ड पार्टी वैबसाइट कितों भी मंगवा सकते हो जी तो सूँ सस्ता मिले। ठीक है, तो वीडियो में शेयर जरूर कर दौ तो चैनल में सबसक्राइब जरूर कर दौ। ओवरऑल इदा का प्रोडक्ट लगता है कुछ ठीक आ, तो सही आ, मतलब जे मेरी वीडियो बनती है तो फिलहाल हैंगिंग वास्ते सही है, थोड़ा जहा टोया टोया तो बचा पैना अपना उदा ओवरऑल प्रोडक्ट वधिया आ। तो आप इदा भी आप अपनी दुकान के गेड़ा कड़ के देख ला तो ठीक आ, तो इस स्टेबलाइजेशन है नहीं गी फोन दे विच, ते आप बाइक तो एक गेड़ा भी कढ़ के देखांगे तो किदां दा प्रव्यू मिलता है अगे वाला। ठीक है जी, तो बाकी तुसी वीडियो देखते रहो, चैनल नूं सबसक्राइब कर दो तो शेयर जरूर कर दिया करो वीडियो। थैंक यू, धन्यवाद। ये बस दी बेल्ट दी टेस्ट ड्राइव आ, मतलब आपां ये टेस्ट ही करना वा भी इहदे नाल वीडियो सही बनती आ कि नहीं बनती। तो मैनू नहीं लगता भी चल आवाज़ की तो प्रॉब्लम होनी होनी है बिकॉज आपां माइक नहीं लाया होया, तो मैनू वीडियो का भी लगता भी इशू होगा बिकॉज मोबाइल दे जां तां आईफोन होवे उहदे विच स्टेबलाइजेशन होवे है ना, ते इहदे विच छोटा फोन है ये स्टेबलाइजेशन नहीं हैगी। हम व्यू देखो ज़्यादा वा जे आ प्रोजेक्ट अपना कामयाब रहा है ना, ये बेल्ट कामयाब रही, फिर आप बाइक के उत्ते होर ब्लॉग बनावे। तो आवाज़ की थोड़ी जी प्रॉब्लम होगी बिकॉज माइक नहीं लाया होया, विदाउट माइक ही मैं सिर्फ ये डिलवरी तो बाद प्रोडक्ट की डिलवरी हुई उस तो बाद वीडियो बनाई नाल ही नाल आप फील्ड के बच्चू टेस्ट करना आ गए। मैं बारले पास आया हाँ माछीवाड़ा साहब के बारले पास खेतों के हम देखते हैं भी किदा का एक्सपीरियंस रहा आ, नहीं फिर आप शोल्डर वाली बैल्ट मंगवानी पेगी, शोल्डर के उत्ते लाने वाली बैल्ट वो मंगावे तो फिर देखा भी आप बनता आ, नहीं फिर आप गोप्रो भी लेना पै सकता वा। फिर आप अगे नैक्सट ईयर तक देख लेंगे ग्रुप गो करो है ना, तो फिलहाल वीडियो सोहनी बनती है, तुम इंजॉय करो वीडियो, तो मैं शायद टाइम लैप ला देव वीडियो पर।
ਇਹ ਮੱਛੜ ਦਾ ਬਾਹਰਲਾ ਏਰੀਆ ਆ, ਇੱਧਰ ਸਾਰੇ ਖੇਤ ਆ, ਉਹ ਸਾਹਮਣੇ ਜੇ ਤੁਸੀਂ ਦੇਖ ਪਾਉਂਦੇ ਹੋ ਗੁਰਦੁਆਰਾ ਕਿਰਪਾਨਗੜ੍ਹ ਸਾਹਿਬ ਆ, ਅਤੇ ਉਹ ਸਾਹਮਣੇ ਜਿਹੜੀ ਆ ਉਹ ਆਪਣੇ ਮੱਛੜਾ ਸਾਹਿਬ ਦਾ ਜਿਹੜਾ ਬੱਸ ਸਟੈਂਡ ਆ ਉੱਥੇ ਟੈਂਕੀ ਆ, ਅਤੇ ਉਹ ਤੋਂ ਗਾਹਾਂ ਇੱਕ ਟਾਵਰ ਆ, ਅਤੇ ਟਾਵਰ ਕੋਲ ਆਪਣੀ ਦੁਕਾਨ ਆ, ਆਪਾਂ ਉੱਥੋਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਜੇ ਵੀਡੀਓ ਚੰਗੀ ਲੱਗੀ, ਕੁਛ ਸਿੱਖਣ ਨੂੰ ਮਿਲਿਆ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਚੈਨਲ ਦੀ ਥੋੜ੍ਹੀ ਜਿਹੀ ਰੀਚ ਘੱਟ ਰਹੀ ਆ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀਡੀਓ ਬਾਰੇ, ਜੇ ਚੰਗੀ ਲੱਗਿਆ ਤਾਂ ਵੀ, ਜੇ ਨਹੀਂ ਚੰਗੀ ਲੱਗੀ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਵੀਡੀਓ ਚੰਗੀ ਨਹੀਂ ਲੱਗੀ, ਅੱਗੇ ਤੋਂ ਆਪਾਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਧੰਨਵਾਦ, ਜਿਉਂਦੇ ਵੱਸਦੇ ਰਹੋ ਅਤੇ ਹੈਪੀ ਦੀਵਾਲੀ ਸਾਰਿਆਂ ਨੂੰ।